ਬਠਿੰਡਾ ਦੇ ਅਫੀਮ ਵਾਲੀ ਗਲੀ ਵਿੱਚ ਇੱਕ ਬ੍ਰੈਡਾਂ ਵਾਲੀ ਦੁਕਾਨ 'ਤੇ ਪਟਾਕਿਆਂ ਦਾ ਸਟੋਰ ਪੁਲਿਸ ਵੱਲੋਂ ਕਬਜ਼ੇ ਵਿੱਚ ਲਿਆ ਗਿਆ ਹੈ, ਜਿਸ ਵਿੱਚ ਨਾਜਾਇਜ਼ ਤੌਰ 'ਤੇ ਕਾਫੀ ਗਿਣਤੀ ਵਿੱਚ ਪਟਾਕੇ ਜਮ੍ਹਾਂ ਕੀਤੇ ਗਏ ਸਨ, ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਤਾਲਾ ਲਗਾ ਦਿੱਤਾ ਹੈ ਅਤੇ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਇਹਨਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਥਾਣਾ ਇੰਚਾਰਜ ਦਵਿੰਦਰ ਸਿੰਘ ਨੇ ਇਸ ਮੌਕੇ 'ਤੇ ਜਾਣਕਾਰੀ ਦਿੰਦਿਆਂ ਕਿਹਾ, ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਅੱਜ ਇੱਥੇ ਵੀ ਇਹਨਾਂ ਨੇ ਪਟਾਕੇ ਸਟੋਰ ਕੀਤੇ ਆ, ਦੋ ਤਿੰਨ ਜਗ੍ਹਾ 'ਤੇ ਹੋਰ ਸੀ, ਉੱਥੇ ਵੀ ਰੇਡ ਕੀਤਾ ਪਰ ਉੱਥੋਂ ਸਾਨੂੰ ਕੁਛ ਨਹੀਂ ਮਿਲਿਆ, ਹਜੇ ਤੱਕ ਸਰਚ ਜਾਰੀ ਹੈ। ਇੱਥੋਂ ਸਾਨੂੰ ਕੁਛ ਜਿਹੜੇ ਹੈਗੇ ਫਾਇਰ ਆਰਮਸ ਮਿਲੇ ਨੇ, ਉਹਦੇ ਸੰਬੰਧੀ ਮੈਂ ਸੀਨੀਅਰ ਅਫਸਰਾਂ ਨੂੰ ਦੱਸਦਾ ਅਤੇ ਐਗਜੈਕਟਿਵ ਮੈਜਿਸਟਰੇਟ ਵੀ ਆ ਰਹੇ ਨੇ, ਉਹਨਾਂ ਦੀ ਹਾਜ਼ਰੀ 'ਚ ਅਸੀਂ ਇਹਨਾਂ 'ਤੇ ਕਾਰਵਾਈ ਕਰਾਂਗੇ। ਇਹ ਇਲਾਕਾ ਕਿਹੜਾ ਜੀ? ਇਹ ਫੀਮ ਵਾਲੀ ਗਲੀ ਹੈ ਜੀ। ਫੀਮ ਵਾਲੀ ਗਲੀ, ਹਾਂਜੀ। ਇਹ ਗੜ ਮੰਨਿਆ ਜਾਂਦਾ, ਐਡੇ ਪਟਾਕੇ ਜਾਇਜ਼ ਹੈ ਸਟੋਰ ਕਰਨਾ ਜੀ? ਨਹੀਂ, ਇਹਨਾਂ ਕੋਲ ਕੋਈ ਪਰਮਿਸ਼ਨ ਨਹੀਂ ਗੀ ਜੀ, ਕੋਈ ਇਹਨਾਂ ਕੋਲ ਹੈ ਨਹੀਂ। ਕੁਛ ਸੇਫਟੀ ਦਾ ਇੰਤਜ਼ਾਮ ਕੀਤਾ ਗਿਆ? ਨਹੀਂ, ਕੋਈ ਸੇਫਟੀ ਦਾ ਇੰਤਜ਼ਾਮ ਨਹੀਂ।